ਦੀ ਬੱਲੇ ਬੱਲੇ ਹੈ ਜੀ, ਰਾਮ ਲਾਲ ਨੇ ਤਾਂ ਸ਼ਿਵਦਿਆਲ ਦੋਨਾਂ ਦੀ ਬੱਲੇ ਇਹਨਾਂ ਨੇ ਸਾਡੀ ਬੱਲੇ ਬੱਲੇ ਕਰਾਈ ਜੀ। ਅਸੀਂ ਲੱਕੀ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਬੱਚੇ ਆਏ, ਇਹਨਾਂ ਨੇ ਨਵੋਦਿਆ ਸਕੂਲ ਛੱਡਿਆ ਔਰ ਕਾਨਪੁਰ ਹਾਈ ਸਕੂਲ ਦੀ ਕਿਸਮਤ ਮੰਗਾਈ। ਦੇਖੋ ਜੀ, ਇੱਕ ਰਿਟਾਇਰਡ ਲੈਕਚਰਰ ਹੈ ਬੋਆਇਜ਼ ਸਕੂਲ ਨੰਗਲ ਤੋਂ ਹੋਏ, ਉਹਨਾਂ ਦਾ ਕੱਲ੍ਹ ਮੈਨੂੰ ਫੋਨ ਕਾਲ ਆਇਆ ਕਿ ਕਹਿੰਦੇ ਅਸੀਂ ਤੁਹਾਡੇ ਬਾਰੇ ਸੁਣਿਆ ਹੈ ਬਹੁਤ, ਔਰ ਬੱਚਿਆਂ ਦੀ ਜਿਵੇਂ ਕਹਿ ਲਓ ਕਿ ਬੜੀ ਚਰਚਾ ਹੋ ਰਹੀ ਹੈ ਪੂਰੇ ਇਲਾਕੇ ਦੇ ਵਿੱਚ, ਤਾਂ ਉਹਨਾਂ ਨੇ ਮੈਨੂੰ ਆਫਰ ਕੀਤੀ ਕਿ ਮੈਂ ਦੋਨਾਂ ਬੱਚਿਆਂ ਦਾ ਇੰਜੀਨੀਅਰਿੰਗ ਦਾ ਪੂਰਾ ਖਰਚਾ ਉਠਾਵਾਂਗੀ। ਹੁਣ ਵੀ ਉਨੇ ਹੀ ਲਾਇਕ ਹੈ ਔਰ ਪੋਲਿਸ਼ ਬਹੁਤ ਹੋਈ ਹੈ, ਹੋਣਹਾਰ ਬਹੁਤ ਹੈ। ਜਦੋਂ ਇਹ ਚੁੰਗੀ ਚੋਪੜੀ ਅਸੀਂ ਇਹਨਾਂ ਨੂੰ ਦੇਖਿਆ ਕਿ ਰਹਿੰਦੇ ਆ, ਉੱਥੇ ਲਾਈਟ ਦੀ ਵਿਵਸਥਾ ਨਹੀਂ ਹੈ, ਬਹੁਤ ਦੁੱਖ ਲੱਗਾ ਕਿ ਇੰਨੇ ਅੱਛੇ ਬੱਚੇ ਹੈ ਔਰ ਅੱਜ ਤੋਂ ਲਗਭਗ 4 ਸਾਲ ਪਹਿਲਾਂ ਇਹਨਾਂ ਦੀ ਮਦਰ ਐਕਸਪਾਇਰ ਕਰ ਗਏ ਸੀਗੇ, ਉਸ ਚੀਜ਼ ਨੇ ਸਾਨੂੰ ਬਹੁਤ ਝੰਜੋੜਿਆ ਕਿ ਹੁਣ ਬਹੁਤ ਔਖਾ ਹੈ। ਮੈਨੂੰ ਰਾਮ ਲਾਲ ਨੂੰ ਮੈਂ ਕਹਿਤਾ ਸੀ ਕਿ ਰਾਮ ਲਾਲ ਮੈਰਿਟ ਤਾਂ ਤੇਰੀ ਆਉਣੀ ਹੀ ਆਉਣੀ ਹੈ, ਆਈ ਐਮ 100% ਸ਼ੋਰ। ਉਮੀਦ ਸੀ ਮੈਂ ਕਿਹਾ ਮੇ ਬੀ ਤੂੰ ਪਹਿਲੇ 3 ਪੋਜੀਸ਼ਨ 'ਚ ਆ ਜਾਵੇ ਪੰਜਾਬ 'ਚ, ਲੇਕਿਨ ਮੈਰਿਟ ਲਈ ਮੈਨੂੰ ਕੋਈ ਵੀ ਸ਼ੱਕ ਨਹੀਂ ਸੀਗਾ। ਉੱਥੇ ਉਸ ਟਾਈਮ ਤਾਂ ਹੁੰਦੇ ਨਾ ਦੀਵੇ ਹੁੰਦੇ ਤੇ, ਤਾਂ ਉਹ 'ਚ ਮੁਸ਼ਕਿਲ ਆਉਂਦੀ ਸੀ, ਹੁਣ ਇੱਥੇ ਤਾਂ ਲਾਈਟ ਲੂਟ ਹੈਗੀ ਤੀ ਤਾਂ ਰਾਤ ਤਾਂ ਜਿੰਨੀ ਮਰਜ਼ੀ ਤਾਂ ਪੜ੍ਹੀ ਸਕਦੇ ਤੇ। ਬੀ ਟੈਕ ਕਰਨਾ ਚਾਹੁੰਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ। ਅੱਛਾ, ਕਹਿੰਦੇ ਨੇ ਕਿ ਜਿਹੜੇ ਬੱਚਿਆਂ ਨੇ ਰਾਤਾਂ ਨੂੰ ਜਾ ਕੇ ਪੜ੍ਹਾਈਆਂ ਕਰਨੀਆਂ ਹੁੰਦੀਆਂ ਨੇ, ਉਹਨਾਂ ਨੂੰ ਰੋਸ਼ਨੀਆਂ ਜਾਂ ਲੈਂਪਾਂ ਦੀ ਲੋੜ ਨਹੀਂ, ਇੱਕ ਦੀਵੇ ਦੀ ਲੋਹ ਹੀ ਕਾਫੀ ਹੁੰਦੀ ਹੈ। ਇਸ ਵੇਲੇ ਅਸੀਂ ਨੂਰਪੁਰ ਬੇਦੀ ਦੇ ਕਾਨਪੁਰ ਖੂਈ ਦੇ ਸਰਕਾਰੀ ਸਕੂਲ ਦੇ ਵਿੱਚ ਮੌਜੂਦ ਹਾਂ। ਇੱਥੋਂ ਦੇ ਇੱਕ ਵਿਦਿਆਰਥੀ ਰਾਮ ਲਾਲ ਨੇ 12ਵੀਂ ਕਲਾਸ ਦੇ ਨਤੀਜਿਆਂ ਦੇ ਵਿੱਚ ਮੈਰਿਟ ਦੇ ਵਿੱਚ ਆਪਣਾ ਨਾਮ ਲਿਆਂਦਾ ਹੈ। ਰਾਮ ਲਾਲ ਇੱਕ ਪ੍ਰਵਾਸੀ ਮਜ਼ਦੂਰ ਦੇ ਬੇਟੇ ਨੇ ਜੋ ਇਸੇ ਹੀ ਸਕੂਲ ਦੇ ਵਿੱਚ ਚੌਂਕੀਦਾਰ ਦਾ ਕੰਮ ਕਰਦੇ ਨੇ। ਆਪਣੇ ਮਾਂ ਬਾਪ ਦਾ ਰਾਮ ਲਾਲ ਨੇ ਨਾਮ ਰੋਸ਼ਨ ਕੀਤਾ। ਮੇਰੇ ਨਾਲ ਰਾਮ ਲਾਲ ਮੌਜੂਦ ਨੇ, ਉਹਨਾਂ ਦੇ ਭਰਾ ਮੌਜੂਦ ਨੇ ਔਰ ਇੱਥੋਂ ਦੇ ਪ੍ਰਿੰਸੀਪਲ ਮੌਜੂਦ ਨੇ। ਗੱਲਬਾਤ ਕਰਦੇ ਹਾਂ ਤਾਂ ਰਾਮ ਲਾਲ ਤੋਂ ਹੀ ਸ਼ੁਰੂਆਤ ਕਰਦੇ ਹਾਂ। ਰਾਮ ਲਾਲ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ। ਕਿੰਨਾ ਕੁ ਔਖਾ ਰਿਹਾ ਸਫ਼ਰ ਔਰ ਕਿੰਨੀ ਕੁ ਮਿਹਨਤ ਕਰਨੀ ਪਈ ਤੁਹਾਨੂੰ ਮੈਰਿਟ ਦੇ ਵਿੱਚ ਆਉਣ ਲਈ? ਜੋ ਸਰ ਨੇ ਟੀਚਰਾਂ ਨੇ ਕਰਾਇਆ ਕਲਾਸ ਜਮਾਤ ਵਿੱਚ, ਉਹੀ ਘਰ ਜਾ ਕੇ ਰਿਪੀਟ ਕਰ ਲਓ, ਉਹਨੂੰ ਚੰਗੀ ਤਰ੍ਹਾਂ ਤਿਆਰ ਕਰ ਲਓ, ਤਾਂ ਉਹਦੇ ਨਾਲ ਆਸਾਨ ਹੋ ਜਾਂਦਾ ਕੰਮ। ਕਿੰਨੇ ਨੰਬਰ ਆਏ ਤੁਹਾਡੀ ਔਰ ਕਿੰਨੀ ਪਰਸੈਂਟ ਟੇ ਸੀਗੀ? 500 ਵਿੱਚੋਂ 488 ਆਏ, ਇਹਦੇ ਨਾਲ 97.6% ਬਣਦੇ। ਅੱਛਾ, ਉਮੀਦ ਸੀਗੀ ਕਿ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਨੰਬਰ ਆਏਗਾ? ਆਪੋ ਤਾਂ ਤਿਆਰੀ 'ਤੇ ਨਿਰਭਰ ਕਰਦਾ ਕਿ ਤੁਸੀਂ ਤਿਆਰੀ ਕਿੰਨੀ ਕੀਤੀ ਉਹਦੇ ਲਈ ਅਤੇ ਬਾਕੀ ਮਿਹਨਤ। ਬਾਕੀ ਜਿਵੇਂ ਤੁਹਾਡੇ ਬ੍ਰਦਰ ਨੇ, ਇਹ ਵੀ ਪਹਿਲਾਂ ਮੈਰਿਟ ਦੇ ਵਿੱਚ ਆਏ ਸੀਗੇ? ਨੋ। ਅੱਛਾ, ਅੱਧੇ ਨੰਬਰ ਥੋੜ੍ਹੇ ਘੱਟ ਗਏ, 400 ਅੱਧੇ ਨੰਬਰ ਤੋਂ ਤੁਸੀਂ ਰਹਿ ਗਏ ਸੀਗੇ। ਅੱਛਾ, ਫਿਰ ਸਕੂਲ ਦੇ ਵਿੱਚ ਕਿੰਨਾ ਸਮਾਂ ਤੁਸੀਂ ਕਰਦੇ ਹੋ ਪੜ੍ਹਾਈ ਔਰ ਘਰ ਦੇ ਵਿੱਚ ਜਾ ਕੇ ਤੁਹਾਡੀ ਪੜ੍ਹਾਈ ਦੀ ਰੂਟੀਨ ਕੀ ਰਹਿੰਦੀ ਹੈ? ਸਕੂਲ ਤੋਂ ਬਾਅਦ ਜਦ ਤੱਕ ਸਕੂਲ ਦਾ ਕੰਮ ਨਹੀਂ ਮੁੱਕਦਾ ਤਦ ਤੱਕ ਲਗਾਤਾਰ ਕਰੀ ਜਾਣਾ। ਕਿੰਨੇ ਸਮੇਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਪੰਜਾਬ ਦੇ ਵਿੱਚ? ਇੱਥੇ ਤੇ ਇਸ ਇਲਾਕੇ 'ਚ ਲਗਭਗ 15 ਸਾਲ ਹੋ ਗਏ। ਅੱਛਾ, ਵੈਸੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਉੱਤਰ ਪ੍ਰਦੇਸ਼ ਤੋਂ। ਠੀਕ ਹੈ, ਇੱਥੇ ਫਿਰ ਕਾਫੀ ਸਮੇਂ ਤੋਂ ਆਏ ਹੋ, ਬਰਥ ਤੁਹਾਡਾ ਇੱਥੇ ਦਾ ਕਿ ਜਾਂ ਉੱਥੇ ਦਾ? ਬਰਥ ਉੱਥੇ ਦਾ ਹੀ ਹੈ। ਅੱਛਾ, ਉਸ ਤੋਂ ਪਹਿਲਾਂ ਡੈਡੀ ਇੱਥੇ ਰਹਿੰਦੇ ਸੀ। ਹਾਂ, ਠੀਕ ਹੈ। ਉਸ ਤੋਂ ਬਾਅਦ ਜਿਵੇਂ ਫਿਰ ਤੁਸੀਂ ਇਸੇ ਸਕੂਲ ਦੇ ਵਿੱਚ ਹੀ ਰਹਿੰਦੇ ਸੀਗੇ ਤਾਂ ਇੱਥੋਂ ਹੀ ਪੜ੍ਹ ਕੇ ਫਿਰ ਰਾਤ ਨੂੰ ਮਿਹਨਤ ਵੀ ਕਰਨੀ ਪੈਂਦੀ ਹੈ, ਬੜਾ ਔਖਾ ਸਮਾਂ ਹੁੰਦਾ ਔਰ ਪੜ੍ਹਾਈ ਵੀ ਬੜਾ ਸਮਾਂ ਕਰਨੀ ਪੈਂਦੀ ਹੈ ਜੇਕਰ ਫਸਟ ਨੰਬਰ 'ਤੇ ਆਉਣਾ ਤਾਂ? ਹਾਂਜੀ, ਵੈਸੇ ਡੈਡੀ ਨੇ ਤਾਂ ਸਾਨੂੰ ਕੋਈ ਕੰਮ ਉੱਦਾਂ ਬਾਹਰ ਦਾ ਨਹੀਂ ਕਰਾਇਆ, ਉੱਦਾਂ
ਉਹ ਆਪ ਜਾਂਦੇ ਸੀ ਬਾਹਰ ਕੰਮ 'ਤੇ। ਅੱਛਾ। ਅਤੇ ਬਾਕੀ ਸਾਨੂੰ ਤਾਂ ਸਿਰਫ ਸਕੂਲ ਦਾ ਕੰਮ, ਜਿੱਦਾਂ ਸਕੂਲ 'ਚ ਜੋ ਹੋਮਵਰਕ ਮਿਲਿਆ ਉਹੀ ਕਰਨ ਨੂੰ ਕਹਿੰਦੇ ਸੀਗੇ, ਤੁਸੀਂ ਸਿਰਫ ਪੜ੍ਹੋ। ਬੰਨਾ ਕੀ ਚਾਹੁੰਦੇ ਹੋ ਤੁਸੀਂ ਵੱਡੇ ਹੋ ਕੇ ਹੁਣ? ਬੀ ਟੈਕ ਕਰਨਾ ਚਾਹੁੰਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ। ਅੱਛਾ। ਜਿਵੇਂ ਫਿਰ ਫਾਦਰ ਤੁਹਾਡੇ ਇੱਥੇ ਹੀ ਚੌਂਕੀਦਾਰ ਕੰਮ ਕਰਦੇ ਨੇ, ਜਹਿਨ ਦੇ ਵਿੱਚ ਕੀ ਚੱਲਦਾ ਹੁੰਦਾ ਸੀਗਾ ਕਿ ਕਿੱਥੋਂ ਤੱਕ ਪਹੁੰਚਣਾ? ਔਰ ਬਾਪ ਦੇ ਵੀ ਬਹੁਤ ਸਾਰੇ ਸੁਪਨੇ ਹੁੰਦੇ ਨੇ। ਉਹੀ ਉਹਨਾਂ ਨੂੰ ਸਾਰੀਆਂ ਖੁਸ਼ੀਆਂ ਦੇਣੀਆਂ ਘਰ ਵਾਲੇ ਨੂੰ। ਠੀਕ ਹੈ। ਅੱਛਾ, ਤੁਸੀਂ ਫਿਰ ਇਸੇ ਸਕੂਲ ਦੇ ਵਿੱਚ ਪੜ੍ਹੇ ਹੋ ਤੁਸੀਂ ਵੀ? ਹਾਂਜੀ ਸਰ। ਯੈਸ। ਕਿਹੜੀ ਕਲਾਸ ਤੋਂ? ਮਤਲਬ ਸ਼ੁਰੂ ਤੋਂ ਮੇਰਾ ਜਿਹੜਾ ਪ੍ਰਾਇਮਰੀ ਸਕੂਲ ਤੋਂ ਜਿਹੜਾ ਨਾਲ ਦਾ ਸਕੂਲ ਹੈ ਨਾ ਅੰਦਰ, ਉੱਥੋਂ ਕੀਤੀ ਸੀ। ਸਿਕਸ ਤੋਂ ਮੇਰੇ ਸਾਰੀ ਕਲਾਸਾਂ ਇੱਥੇ ਕੀਤੀਆਂ, ਟਵੈਲਥ ਤੱਕ। ਠੀਕ ਹੈ। ਹਾਂਜੀ। ਅਤੇ ਤੁਸੀਂ ਵੀ ਨਾਲ ਹੀ ਰਹਿੰਦੇ ਹੋ ਫਿਰ ਇੱਥੇ ਹੀ ਰੂਮ ਦੇ ਵਿੱਚ? ਹਾਂਜੀ। ਬਾਅਦ ਵਿੱਚ ਜਿੱਦਾਂ ਥੋੜ੍ਹੇ ਟਾਈਮ ਪਹਿਲਾਂ ਅਸੀਂ ਮਤਲਬ ਝੁੰਗੇ 'ਚ ਰਹਿੰਦੇ ਸੀ ਪਹਿਲਾਂ, ਬਾਅਦ 'ਚ ਸਰ ਨੇ ਮਤਲਬ ਸਾਨੂੰ ਅਨਿਲ ਸਰ ਨੇ ਕਿਹਾ ਕਿ ਮਤਲਬ ਪੜ੍ਹਨ 'ਚ ਚੰਗੇ ਆ ਤਾਂ ਇੱਥੇ ਰਹੀ ਜਾਓ, ਨਾਲ ਤੁਹਾਡਾ ਖਰਚਾ ਬਾਕੀ ਵਗੈਰਾ ਬਿਜਲੀ ਦਾ ਸਾਰਾ ਪ੍ਰਬੰਧ ਹੈਗਾ, ਪਾਣੀ ਪੂਣੀ ਦਾ, ਤਾਂ ਇੱਥੇ ਕਰੀ ਜਾਓ। ਤਾਂ ਸਰ ਨੇ ਇੱਥੋਂ ਅਸੀਂ ਆ ਗਏ ਅਤੇ ਤਾਂ ਮਤਲਬ ਜਿੰਨੀ ਰਾਤ ਨੂੰ ਜਿੱਦਾਂ ਕਾਫੀ ਉਹ ਉੱਥੇ ਉਸ ਟਾਈਮ ਤਾਂ ਹੁੰਦੇ ਸੀ ਨਾ ਦੀਵੇ ਹੁੰਦੇ ਤੇ, ਤਾਂ ਉਸ 'ਚ ਮੁਸ਼ਕਿਲ ਆਉਂਦੀ ਸੀ। ਹੁਣ ਇੱਥੇ ਤਾਂ ਲਾਈਟ ਲੂਟ ਹੈਗੀ ਤੀ ਤਾਂ ਰਾਤ ਤਾਂ ਜਿੰਨੀ ਮਰਜ਼ੀ ਤਾਂ ਪੜ੍ਹੀ ਸਕਦੇ ਤੇ। ਦੀਵਿਆਂ ਦੀ ਲੋਚ ਵੀ ਪੜ੍ਹਦੇ ਰਹੇ ਹੋ ਤੁਸੀਂ? ਹਾਂ, ਜਾਂ ਸ਼ੁਰੂ 'ਚ ਹੁੰਦੀ ਨਹੀਂ ਨਾ ਪਹਿਲਾਂ ਤਾਂ ਕਾਫੀ ਟਾਈਮ ਪਹਿਲਾਂ, ਛੇਵੀਂ ਸੱਤਵੀਂ ਜਿੱਦਾਂ ਵਗੈਰਾ 'ਚ ਬਾਅਦ 'ਚ ਤਾਂ ਅਸੀਂ ਇੱਥੇ ਆ ਗਏ ਅਤੇ ਫਿਰ ਤਾਂ ਲਾਈਟ ਹੈਗੀ ਤੀ ਵਗੈਰਾ ਇੱਥੇ। ਅੱਛਾ। ਤੁਸੀਂ ਵੀ ਰਾਮ ਲਾਲ ਦੀਵੇ ਦੀ ਲੋਚ ਕੀਤੀ ਹੈ ਪੜ੍ਹਾਈ? ਹਾਂਜੀ। ਅੱਛਾ, ਔਖਾ ਲੱਗਦਾ ਹੁੰਦਾ ਸੀਗਾ ਉਦੋਂ ਪੜ੍ਹਨਾ? ਨਹੀਂ, ਕਈ ਵਾਰ ਜਿੱਦਾਂ ਉਸ ਟਾਈਮ ਤਾਂ ਕਾਫੀ ਰੋਸ਼ਨੀ ਲੱਗਦੀ ਉੱਦਾਂ ਦੀਵੇ ਦੀ, ਤਾਂ ਬਾਕੀ ਬਾਅਦ ਵਿੱਚ ਜਿੱਦਾਂ ਲਾਈਟ ਹੁੰਦੀ ਹੈ ਫਿਰ ਉਹ ਘੱਟ ਲੱਗਣ ਲੱਗ ਪੈਂਦੀ। ਠੀਕ ਹੈ। ਤਾਂ ਪ੍ਰਿੰਸੀਪਲ ਅਨਿਲ ਜੋਸ਼ੀ ਜੀ ਸਾਡੇ ਨਾਲ ਨੇ। ਸਰ, ਇਹ ਬੜੇ ਹੋਣਹਾਰ ਵਿਦਿਆਰਥੀ ਨੇ ਤੁਹਾਡੇ ਦੋਨੋਂ, ਜਦੋਂ ਇਹ ਤੁਹਾਡੇ ਕੋਲ ਆਏ ਸੀਗੇ ਉਦੋਂ ਅਤੇ ਅੱਜ ਦੇ ਵਿੱਚ ਕੀ ਅੰਤਰ ਦੇਖਦੇ ਹੋ ਇਹਨਾਂ ਦਾ? ਨਹੀਂ, ਦੇਖੋ ਜੀ, ਜਦੋਂ ਅਸੀਂ ਇਹਨਾਂ ਨੂੰ ਲੈ ਕੇ ਆਉਂਦਾ ਇੰਟੈਲੀਜੈਂਟ ਉਦੋਂ ਵੀ ਸੀਗੇ, ਹੁਣ ਵੀ ਓਨੇ ਹੀ ਲਾਇਕ ਹੈ, ਔਰ ਪੋਲਿਸ਼ ਬਹੁਤ ਹੋਈ ਹੈ, ਹੋਣਹਾਰ ਬਹੁਤ ਹੈ। ਜਦੋਂ ਇਹ ਚੁੰਗੀ ਚੋਪੜੀ ਅਸੀਂ ਇਹਨਾਂ ਨੂੰ ਦੇਖਿਆ ਕਿ ਰਹਿੰਦੇ ਆ, ਉੱਥੇ ਲਾਈਟ ਦੀ ਵਿਵਸਥਾ ਨਹੀਂ ਹੈ, ਬਹੁਤ ਦੁੱਖ ਲੱਗਾ ਕਿ ਇੰਨੇ ਅੱਛੇ ਬੱਚੇ ਹੈ, ਔਰ ਅੱਜ ਤੋਂ ਲਗਭਗ 4 ਸਾਲ ਪਹਿਲਾਂ ਇਹਨਾਂ ਦੀ ਮਦਰ ਐਕਸਪਾਇਰ ਕਰ ਗਏ ਸੀਗੇ। ਉਸ ਚੀਜ਼ ਨੇ ਸਾਨੂੰ ਬਹੁਤ ਝੰਜੋੜਿਆ ਕਿ ਹੁਣ ਬਹੁਤ ਔਖਾ ਹੈ। ਫਿਰ ਅਸੀਂ ਬੱਚਿਆਂ ਨੂੰ ਆਪਣੇ ਸਕੂਲ ਦੇ ਵਿੱਚ ਲੈ ਕੇ ਆਏ, ਇੱਥੇ ਇਹਨਾਂ ਨੂੰ ਕਮਰਾ ਦਿੱਤਾ। ਇਹਨਾਂ ਦੇ ਫਾਦਰ, ਸਾਨੂੰ ਚੌਕੀਦਾਰ ਦੀ ਪੋਸਟ ਖਾਲੀ ਸੀਗੀ, ਗਵਰਨਮੈਂਟ ਵੱਲੋਂ ਨਹੀਂ ਸੀਗਾ, ਤਾਂ ਅਸੀਂ ਚੌਕੀਦਾਰ ਉਹਨਾਂ ਨੂੰ ਕਿਹਾ ਵੀ ਤੁਸੀਂ ਚੌਕੀਦਾਰ ਸਾਡੇ ਕੋਲ ਰਹੋ। 3,000 ਰੁਪਏ ਦਿੰਦੇ ਸੀ, ਕੋਈ ਜ਼ਿਆਦਾ ਅਮਾਊਂਟ ਨਹੀਂ ਸੀਗਾ, ਔਰ ਬੱਚਿਆਂ ਨੂੰ ਅਸੀਂ ਸਕੂਲ ਦੇ ਵਿੱਚ ਰੱਖਿਆ, ਔਰ ਬੱਚਿਆਂ ਨੇ ਮਿਹਨਤ ਬਹੁਤ ਕੀਤੀ, ਟੀਚਰਸ ਨੇ ਮੇਰਿਆਂ ਨੇ ਸਾਰਿਆਂ ਨੇ ਬਹੁਤ ਹੈਲਪ ਕੀਤੀ। ਜਦੋਂ ਮਤਲਬ ਜਦੋਂ ਵੀ ਇਹਨਾਂ ਨੂੰ ਕੋਈ ਫਾਈਨੈਂਸ਼ੀਅਲ ਹੈਲਪ ਹੈ ਜਾਂ ਮਿਡ ਡੇ ਮੀਲ ਦੇ ਵਿੱਚ ਆਪਾਂ ਇਹਨਾਂ ਨੂੰ ਖਾਣਾ ਦੇ ਦਿੰਦੇ ਸੀਗੇ, ਕਿਉਂਕਿ ਬਣਾਉਣ ਦਾ ਬੜਾ ਔਖਾ ਕੰਮ ਹੈ, ਅਤੇ ਬੱਚਿਆਂ ਨੇ ਉਸ ਟੀਚਰਸ ਦੀ ਮਿਹਨਤ ਨੂੰ ਇੰਨਾ ਬੂਰ ਪਾਇਆ ਕਿ ਇਹ ਉਹਦਾ ਨਤੀਜਾ, ਇਹਦੀ ਮੈਰਿਟ ਹੈ। ਸ਼ਿਵਦਿਆਲ ਦੇ ਵੀ ਨੰਬਰ ਬਹੁਤ ਅੱਛੇ ਆਏ ਹੈ, ਦੋਨਾਂ ਨੇ ਜੇਈ ਮੇਨਸ ਦਾ ਟੈਸਟ ਵੀ ਕਰ ਲਿਆ ਹੋਇਆ। ਸ਼ਿਵਦਿਆਲ ਇਸ ਵਾਰ ਐਡਮਿਸ਼ਨ ਲਊਗਾ, ਲੇਕਿਨ ਰਾਮ ਲਾਲ ਨੂੰ ਹੈ ਕਿ ਮੈਂ ਥੋੜ੍ਹਾ ਆਪਣਾ ਸਕੋਰ ਹੋਰ ਇੰਪਰੂਵ ਕਰਾਂ ਔਰ ਇਹ ਡਰੋਪ ਕਰੂਗਾ। ਅਤੇ ਦੋਨੋਂ ਬੱਚੇ ਪਹਿਲਾਂ ਤੋਂ ਹੀ ਲਾਇਕ ਸੀਗੇ, ਸਾਡੇ ਕੋਲ ਆ ਗਿਆ ਸੀ, ਇਹਨਾਂ ਨੂੰ ਸਹੂਲਤਾਂ ਜ਼ਰਾ ਜ਼ਿਆਦਾ ਦਿੱਤੀਆਂ ਕਿ ਜੇ ਕੋਈ ਘਾਟ ਇਹਨਾਂ ਨੂੰ ਹੈਗੀ ਆ ਸਾਡੇ ਵੱਲੋਂ ਪੂਰੀ ਹੋ ਜਾਵੇ, ਤਾਂ ਕਿ ਆਪਣੀ ਜ਼ਿੰਦਗੀ 'ਚ ਬਹੁਤ ਵਧੀਆ ਕਰ ਸਕਣ। ਉਹਨਾਂ ਨੇ ਕਰਕੇ ਦਿਖਾਇਆ। ਕਹਿੰਦੇ ਨੇ ਕਿ ਜਦੋਂ ਬੱਚੇ ਪੜ੍ਹਨ ਵਾਲੇ ਹੋਣ ਜਾਂ ਉਹਨਾਂ ਦੀ ਰੁਚੀ ਹੋਵੇ ਤਾਂ ਟੀਚਰ ਦਾ ਵੀ ਕਹਿੰਦੇ ਨੇ ਕਿ ਰੁਝਾਨ ਵੱਧ ਜਾਂਦਾ। ਫਿਰ ਜਦੋਂ ਇਹਨਾਂ ਦੀ ਸਟੱਡੀ ਤੁਸੀਂ ਦੇਖਦੇ ਸੀਗੇ, ਉਮੀਦ ਸੀਗੀ ਕਿ ਪਹਿਲੇ ਨੰਬਰ 'ਤੇ ਆਉਣਗੇ ਜ਼ਿਲ੍ਹੇ 'ਚੋਂ ਇਹ? ਦੇਖੋ ਜੀ, ਮੈਨੂੰ ਤਾਂ ਉਮੀਦ ਸੀਗੀ, ਮੈਨੂੰ ਰਾਮ ਲਾਲ ਨੂੰ ਮੈਂ ਕਹਿਤਾ ਸੀਗਾ ਕਿ ਰਾਮ ਲਾਲ ਮੈਰਿਟ ਤਾਂ ਤੇਰੀ ਆਉਣੀ ਹੀ ਆਉਣੀ ਹੈ, ਆਈ ਐਮ 100% ਸ਼ੋਰ। ਉਮੀਦ ਸੀ, ਮੈਂ ਕਿਹਾ ਮੇ ਬੀ ਤੂੰ ਪਹਿਲੇ 3 ਪੋਜੀਸ਼ਨ 'ਚ ਆ ਜਾਵੇਂ ਪੰਜਾਬ 'ਚ, ਲੇਕਿਨ ਮੈਰਿਟ ਲਈ ਮੈਨੂੰ ਕੋਈ ਵੀ ਸ਼ੱਕ ਨਹੀਂ ਸੀਗਾ, ਕਿਉਂਕਿ ਬੱਚੇ ਦੀ ਮਿਹਨਤ ਆਪਣੀ ਔਰ ਜੋ ਮੇਰੇ ਅਧਿਆਪਕਾਂ ਨੇ ਮਿਹਨਤ ਕਰਵਾਈ ਹੋਈ ਸੀ, ਉਹਦੇ 'ਚ ਟੀਚਰਸ ਵੀ ਮੇਰੇ ਬਹੁਤ ਹੱਦ ਤੱਕ ਕੌਨਫੀਡੈਂਟ ਸੀ ਕਿ ਸਾਡੀ ਮੈਰਿਟ ਜਿਹੜੀ ਹੈ ਆਉਂਦੀ ਆਊਗੀ। ਅਗਰ ਇਹ ਮਤਲਬ ਬਾਈ ਚਾਂਸ ਅਗਰ ਮੈਰਿਟ ਨਾ ਆਉਂਦੀ ਤਾਂ ਉਹਦਾ ਦੁੱਖ ਜਿਹੜਾ ਸਾਨੂੰ ਹੋਣਾ ਸੀ ਅਸੀਂ ਦੱਸ ਨਹੀਂ ਸਕਦੇ, ਪਰ ਉਮੀਦ
ਜ਼ਰੂਰਤ ਨਾਲੋਂ ਜ਼ਿਆਦਾ ਸੀ ਮੈਰਿਟ ਦੇ ਵਿੱਚ ਆਉਣ ਦੀ। ਮੈਨੂੰ ਆਈ ਐਮ 100% ਕੌਨਫੀਡੈਂਟ ਅਬਾਊਟ ਇਟ। ਚਲੋ ਇਹ ਤਾਂ ਤੁਸੀਂ ਵੀ ਵਧਾਈ ਦੇ ਪਾਤਰ ਹੋ। ਅੱਛਾ ਫਿਰ ਇਹਨਾਂ ਦੀ ਸਕੂਲ ਦੇ ਵਿੱਚ ਕਿਵੇਂ ਰੂਟੀਨ ਰਹਿੰਦੀ ਹੈ? ਮੈਨੂੰ ਲੱਗਦਾ ਕਿ ਸ਼ਰਾਰਤਾਂ ਤਾਂ ਕਰਦੇ ਨਹੀਂ ਹੋਣੇ ਜਿੰਨੇ ਸ਼ਰੀਫ ਨਜ਼ਰ ਆ ਰਹੇ ਨੇ। ਸ਼ਰਾਰਤ ਦਾ ਤਾਂ ਮਤਲਬ ਹੀ ਨਹੀਂ ਬਣਦਾ ਜੀ, ਸ਼ਰਾਰਤੀ ਤਾਂ ਬਿਲਕੁਲ ਨਹੀਂ, ਬਹੁਤ ਹੀ ਸਾਊ। ਸਕੂਲ ਦੇ ਵਿੱਚ ਜਿਵੇਂ ਕਲਾਸ ਦੇ ਵਿੱਚ ਨੋਰਮਲ ਪੀਰੀਅਡ ਲਗਾਉਣੇ ਇਹਨਾਂ ਨੇ ਆਪਣੇ। ਜਦੋਂ ਕਰੋਨਾ ਕਾਲ ਹੋਇਆ ਉਦੋਂ ਕੁਛ ਟਾਈਮ ਲਈ ਬੱਚੇ ਔਫ ਸੀਗੇ, ਟੀਚਰ ਸਕੂਲ ਆਉਂਦੇ ਸੀਗੇ। ਇਹ ਕਿਉਂਕਿ ਸਕੂਲ ਦੇ ਵਿੱਚ ਰਹਿੰਦੇ ਸੀਗੇ ਦੋ ਬੱਚੇ, ਤਾਂ ਇਹਨਾਂ ਨੇ ਕਰੋਨਾ ਦੇ ਵਿੱਚ ਵੀ ਇਹਨਾਂ ਨੂੰ ਕਾਫੀ ਮਦਦ ਮਿਲੀ ਸਾਡੀ, ਕਿਉਂਕਿ ਅਸੀਂ ਤਾਂ ਸਕੂਲ ਆਉਣਾ ਹੀ ਸੀਗਾ। ਉਦੋਂ ਕਾਫੀ ਪੜ੍ਹਾਈ ਹੋਈ, ਸਾਨੂੰ ਕੋਈ ਕੰਮ ਦੀ ਲੋੜ ਪੈਣੀ, ਆਪਾਂ ਰਾਮ ਲਾਲ ਔਰ ਸ਼ਿਵਦਿਆਲ ਦੋ ਹੀ ਨਾਮ ਯਾਦ ਹੁੰਦੇ ਸੀਗੇ ਟੀਚਰਸ ਨੂੰ, ਇਹਨਾਂ ਨੂੰ ਹੀ ਕਹਿਣਾ। ਔਰ ਸਕੂਲ ਟਾਈਮ ਤੋਂ ਬਾਅਦ ਵੀ ਇਹਨਾਂ ਨੇ ਪੜ੍ਹਾਈ ਹੀ ਕਰਨੀ, ਹੋਰ ਕੋਈ ਕੰਮ ਨਹੀਂ ਕਰਨਾ। ਸਾਡੇ ਵੱਲੋਂ ਜ਼ਰੂਰ ਕੋਸ਼ਿਸ਼, ਇਹ ਨਹੀਂ ਕਿ ਅਸੀਂ ਕੋਸ਼ਿਸ਼ ਕਰ ਸਕਦੇ ਸੀ ਕਿ ਚਲੋ ਬੇਡੇ ਵੀ ਅਗਰ ਸਕੂਲ 'ਚ ਬਣਿਆ ਹੋਇਆ ਜਾਂ ਬਾਅਦ ਦੇ ਵਿੱਚ ਰਾਤ ਲਈ ਵੀ ਦੇ ਦੀ ਇਹਨਾਂ ਦਾ, ਮਤਲਬ ਜਿੰਨਾ ਜਾਂ ਸਾਡੇ ਕੋਲ ਕਿਚਨ ਹੈ ਇਹਨਾਂ ਨੂੰ ਉਹਦੀ ਵੀ ਹੈਲਪ ਮਿਲ ਜਾਵੇ। ਮਤਲਬ ਇਹ ਬੱਚੇ ਬਸ ਪੜ੍ਹਾਈ ਵੱਲ ਹੀ ਧਿਆਨ ਦਿੰਦੇ ਸੀਗੇ। ਫਾਦਰ ਨੇ ਵੀ ਬਹੁਤ ਇਹਨਾਂ ਦੀ ਕਹਿ ਲਓ ਹੈਲਪ ਕੀਤੀ ਕਿ ਕੋਈ ਕੰਮ ਨਹੀਂ ਲਿਆ, ਖੁਦ ਮਜ਼ਦੂਰੀ ਕੀਤੀ ਉਹਨਾਂ ਨੇ, ਕਿ ਉਹਨਾਂ ਦਾ ਵੀ ਸੁਪਨਾ ਸੀਗਾ ਕਿ ਮੇਰੇ ਦੋਨੋਂ ਬੱਚੇ ਅਗਰ ਇੰਨੇ ਅੱਛੇ ਹੈ ਤਾਂ ਇਹ ਵੀ ਜ਼ਿੰਦਗੀ ਦੇ ਵਿੱਚ ਕੁਛ ਬਣਨ। ਅੱਛਾ ਤੁਹਾਨੂੰ ਪਤਾ ਸੀਗਾ ਕਿ ਇਹ ਝੁੱਗੀ ਦੇ ਵਿੱਚ ਰਹਿੰਦੇ ਨੇ ਕਿ ਜਾਂ ਫਿਰ ਇਹਨਾਂ ਤੁਹਾਨੂੰ ਆਪ ਦੱਸਿਆ ਕਿ ਸਾਡੇ ਕੋਲ ਵਧੀਆ ਜਗ੍ਹਾ ਨਹੀਂ ਹੈਗੀ ਰਹਿਣ? ਨਹੀਂ, ਸਾਨੂੰ ਪਹਿਲਾਂ ਨਹੀਂ ਸੀ ਪਤਾ, ਨਾ ਇਹਨਾਂ ਨੇ ਦੱਸਿਆ। ਜਦੋਂ ਸਿਕਸ ਵਿੱਚ ਐਡਮਿਸ਼ਨ ਲੈਣ ਆਏ ਤਾਂ ਨਵੋਦੇ ਕਲੀਅਰ ਹੋਇਆ, ਟੈਸਟ ਚਲੇ ਗਏ, ਉਹਦੇ ਵਿੱਚ ਫਿਰ ਦਿਲ ਨਹੀਂ ਲੱਗਿਆ, ਵਾਪਸ ਆ ਗਏ। ਅਸੀਂ ਜਿਵੇਂ ਸਮੁੰਦਰੀਆਂ ਕੋਲ, ਸਾਨੂੰ ਪਤਾ ਨਹੀਂ ਕਿ ਸਾਡੇ ਸਕੂਲ ਦੇ ਇੰਨੇ ਕੋਲ ਇੱਕ ਏਰੀਆ ਇੱਦਾਂ ਦਾ ਵੀ ਹੈਗਾ ਜਿੱਥੇ ਕਿ ਕਾਫੀ ਮਤਲਬ 15-20 ਘਰ ਝੁੰਗੀਆਂ ਦੇ ਆ। ਉੱਥੋਂ ਪਤਾ ਲੱਗਿਆ ਕਿ ਜਿਹੜਾ ਸ਼ਿਵਦਿਆਲ ਹੁਣੀ ਸਾਡੇ ਕੋਲ ਬੱਚਾ ਪੜ੍ਹਦਾ ਪਿਆ, ਇਸ ਝੁੰਗੀ 'ਚ ਰਹਿੰਦੇ, ਉੱਥੇ ਲਾਈਟ ਨਹੀਂ ਹੈ। ਉਸ ਚੀਜ਼ ਨੇ ਸਾਨੂੰ ਲੱਗਿਆ ਵੀ ਇੰਨਾ ਅੱਛੇ ਬੱਚੇ ਹੋਣ ਔਰ ਇਹੋ ਜਿਹਾ ਹਾਲਾਤ ਹੈ, ਉੱਥੋਂ ਅਸੀਂ ਮਨ 'ਚ ਬਣਾਇਆ ਵੀ ਇਹਨਾਂ ਬੱਚਿਆਂ ਨੂੰ ਅਸੀਂ ਸਕੂਲ ਦੇ ਵਿੱਚ ਜਗ੍ਹਾ ਦੇਈਏ। ਪਹਿਲਾਂ ਸਾਨੂੰ ਨਾ ਇਹਨਾਂ ਨੇ ਦੱਸਿਆ ਨਾ ਸਾਨੂੰ ਪਤਾ ਸੀਗਾ। ਜਿਵੇਂ ਤੁਸੀਂ ਦੱਸਿਆ ਕਿ ਇਹਨਾਂ ਦੇ ਮਦਰ ਵੀ ਐਕਸਪਾਇਰ ਹੋ ਗਏ ਨੇ, ਰੋਟੀ ਪਾਣੀ ਦਾ ਕਿਵੇਂ ਕਰਦੇ ਨੇ? ਰੋਟੀ ਪਾਣੀ ਇਹਨਾਂ ਦੇ ਦਾਦੀ ਜੀ ਆਏ ਔਰ ਬਹੁਤ ਹੀ ਏਜ ਥੇ, ਬਹੁਤ ਵਿਰੁੱਧ ਸੀਗੇ, ਤਾਂ ਉਹ ਚਲੋ ਕਰਦੇ ਸੀ, ਫਾਦਰ ਵੀ ਹੈਲਪ ਕਰਦੇ ਹੋਣੇ ਆ। ਬਾਕੀ ਮਾਰਨਿੰਗ ਦੇ ਵਿੱਚ ਚਲੋ ਬੰਦਾ ਬ੍ਰੇਕਫਾਸਟ ਕੁਛ ਵੀ ਲਾਈਟ ਲੈ ਕੇ, ਫਿਰ ਅਸੀਂ 6-8 ਤਾਂ ਜਿਵੇਂ ਮਿਡ ਡੇ ਮੀਲ ਮਿਲਦਾ ਹੀ ਹੈ ਸਕੂਲ ਦੇ ਵਿੱਚ, ਪਤਾ ਹੀ ਹੈ। ਅਸੀਂ ਇਹ ਨਹੀਂ ਕਿ ਇਹਦੀ ਕਲਾਸ ਚੇਂਜ ਹੋ ਗਈ ਕਿ 9 ਹੋ ਗਿਆ ਜੀ ਮਿਡ ਡੇ ਮੀਲ ਬੰਦ ਕਰ ਦੇਣਾ, ਆਪਾਂ ਇਹਨਾਂ ਦਾ ਮਤਲਬ ਉਹ ਚੀਜ਼ ਚਲਾਈ ਰੱਖਿਆ ਕਿ ਜਿੰਨੀ ਕੁ ਅਸੀਂ ਹੈਲਪ ਕਰ ਸਕਦੇ ਹਾਂ। ਬਾਕੀ ਫਿਰ ਇਹਦੇ ਇੱਕ ਵੱਡਾ ਬ੍ਰਦਰ ਹੈ, ਉਹਦੀ ਮੈਰਿਜ ਹੋ ਗਈ, ਉਹਦੀ ਵਾਈਫ, ਫਿਰ ਚਲੋ ਉਹ ਕੰਮ ਕਰਦੇ ਸੀ, ਫਿਰ ਇਹਨਾਂ ਦੇ ਰੋਟੀ ਪਾਣੀ ਤਾਂ ਉੱਥੋਂ ਸਰਨ ਲੱਗ ਗਿਆ। ਹਾਂਜੀ, ਬਾਕੀ ਸਕੂਲ ਨੇ ਜਿੱਥੇ ਤੱਕ ਹੈਲਪ ਕਰ ਸਕਦੇ ਅਸੀਂ ਉਹ ਅਸੀਂ ਕਰਦੇ ਰਹੇ। ਚਲੋ ਇਹ ਤਾਂ ਬਹੁਤ ਚੰਗੀ ਗੱਲ ਆ, ਤੁਹਾਡੀ ਮਿਹਨਤ ਸਦਕਾ ਇਹ ਵੀ ਇੱਥੇ ਤੱਕ ਪਹੁੰਚਣੇ। ਤਾਂ ਰਾਮ ਲਾਲ, ਜਿਵੇਂ ਘਰ ਦੇ ਹਾਲਾਤ ਸੀਗੇ ਤਾਂ ਇਹ ਚੁਣੌਤੀਆਂ ਲੱਗਦੀਆਂ ਸੀਗੀਆਂ ਪੜ੍ਹਾਈ ਦੇ ਵਿੱਚ? ਨਹੀਂ, ਪਾਪਾ ਕਹਿੰਦੇ ਸੀ ਕਿ ਤੁਸੀਂ ਬਸ ਪੜ੍ਹਾਈ ਪਰ ਧਿਆਨ ਦਿਓ, ਇਹਨਾਂ ਗੱਲਾਂ ਪਰ ਧਿਆਨ ਨਹੀਂ ਦੇਣਾ ਇਹਨਾਂ। ਅੱਛਾ, ਬਾਕੀ ਅੱਗੇ ਪੜ੍ਹਾਈ ਨਾਲ ਤਾਂ ਕਾਫੀ ਕੁਝ ਹੋ ਜਾਂਦਾ ਫਿਰ ਅੱਗੇ। ਹੁਣ ਫਿਰ ਪਾਪਾ ਦਾ ਡ੍ਰੀਮ ਕੀ ਹੈ ਕਿ ਰਾਮ ਲਾਲ ਕੀ ਬਣਨਾ ਚਾਹੁੰਦਾ? ਇੰਜੀਨੀਅਰ ਹੋਈ। ਅੱਛਾ, ਠੀਕ ਹੈ। ਅੱਛਾ ਫਿਰ ਸ਼ਿਵਦਿਆਲ, ਜਿਵੇਂ ਘਰ ਦੇ ਵਿੱਚ ਹੁਣ ਤੁਸੀਂ ਕੌਣ ਕੌਣ ਹੋ? ਮਤਲਬ ਮੇਰਾ ਵੱਡਾ ਭਰਾ ਵੀ ਹੈ ਇੱਕ, ਮਤਲਬ ਉਹਦੀ ਵਾਈਫ ਹੈ ਔਰ ਦਾਦੀ ਹੈ, ਡੈਡੀ ਹੈ, ਦੋ ਭਰਾ ਹੈ ਸੀ। ਠੀਕ ਹੈ। ਹੁਣ ਫਿਰ ਤੁਸੀਂ, ਹੁਣ ਤੁਹਾਡੀ ਕੀ ਰੂਟੀਨ ਰਹਿੰਦੀ ਹੈ? ਤੁਸੀਂ ਤਾਂ ਪਲੱਸ ਟੂ ਕੀਤੀ ਹੋਈ ਹੈ ਪਿਛਲੇ ਸਾਲ। ਹਾਂਜੀ, ਮਤਲਬ ਹੁਣ ਮਤਲਬ ਜਿਹੜਾ ਜੇਈ ਦਾ ਇਗਜ਼ਾਮ ਹੋਇਆ ਤਾਂ ਨਾ ਉਹ ਦੇ ਕੇ ਹਟਿਆ, ਹੁਣ ਮੈਂ ਹੁਣ ਐਡਵਾਂਸ ਦੀ ਦੇਖਦਾ, ਐਡਵਾਂਸ ਤਾਂ ਵੀ ਪੈਣਾ ਇੱਕ ਪੇਪਰ ਸ਼ੈਲ ਦਾ। ਆਮ ਤੌਰ 'ਤੇ ਅਸੀਂ ਬਹੁਤ ਸਾਰੀਆਂ ਉਦਾਹਰਨਾਂ ਵੀ ਦੇਖਦੇ ਹਾਂ, ਜਿਵੇਂ ਤੁਸੀਂ ਵੀ ਯੂਪੀ ਤੋਂ ਆਏ ਹੋ ਤਾਂ ਇੱਥੇ ਜੇਕਰ ਫਾਦਰ ਮਜ਼ਦੂਰੀ ਕਰ ਰਿਹਾ ਤਾਂ ਬੱਚੇ ਵੀ ਉਹਨਾਂ ਦੇ ਨਾਲ ਹੀ ਮਜ਼ਦੂਰੀ ਕਰਨ ਚਲੇ ਜਾਂਦੇ ਨੇ। ਕਦੇ ਫਾਦਰ ਤੁਹਾਨੂੰ ਲੈ ਕੇ ਗਏ? ਕਦੇ ਤੁਸੀਂ ਗਏ ਉਹਨਾਂ ਨਾਲ? ਨਹੀਂ, ਮਤਲਬ ਉਦੋਂ ਕਹਿੰਦੇ ਅਸੀਂ ਸਾਰਾ ਕੰਮ ਕਰਨਾ, ਤੁਸੀਂ ਪੜ੍ਹੀ ਜਾਓ, ਮਤਲਬ ਨਾਲ ਨਾਲ ਛੋਟਾ ਮੋਟਾ ਕੰਮ ਹੁੰਦਾ ਤਾਂ ਉਹ ਤਾਂ ਕਰਨਾ ਪੈਂਦਾ ਹੀ, ਥੋੜ੍ਹਾ ਬਹੁਤਾ ਕੰਮ ਹੁੰਦਾ ਉਹ ਕਰਾ ਲਈਦਾ, ਨਾਲ ਅੱਧਾ ਹੈਲਪ ਥੋੜ੍ਹੀ ਬਹੁਤ ਹੋਵੇ ਤਾਂ ਉਦੋਂ ਪੜ੍ਹਨ ਦਾ ਹੁੰਦਾ ਜ਼ਿਆਦਾਤਰ ਕੰਮ, ਕਹਿੰਦੇ ਪੜ੍ਹੀ ਜਾਓ ਤੁਸੀਂ। ਠੀਕ ਹੈ। ਹੁਣ ਖੁਸ਼ ਨੇ ਫਿਰ ਜਦੋਂ ਇੱਦਾਂ ਅਚੀਵਮੈਂਟ ਹਾਸਲ ਹੁੰਦੀਆਂ ਨੇ? ਹਾਂਜੀ ਸਰ, ਠੀਕ ਹੈ, ਬਹੁਤ ਖੁਸ਼ ਨੇ। ਅੱਛਾ ਫਿਰ ਸਰ, ਇਹ ਹੁਣ ਜਿਵੇਂ ਇਹਨਾਂ ਨੂੰ ਐਪਰੀਸ਼ੀਏਟ ਵੀ ਬਹੁਤ ਸਾਰੇ ਲੋਕਾਂ ਨੇ ਕੀਤਾ ਹੋਊਗਾ, ਜਿਵੇਂ DC ਦੇ ਵੱਲੋਂ ਐਪਰੀਸ਼ੀਏਟ ਹੁੰਦਾ, ਕੀ ਫਿਰ ਇਮੇਜ ਕੀ ਗਈ ਪੂਰੇ ਇਲਾਕੇ 'ਚ? ਇਲਾਕੇ ਦੇ ਵਿੱਚ ਦੇਖੋ ਜੀ, ਸਕੂਲ ਦਾ ਨਾਮ ਬਹੁਤ ਚਮਕ ਰਿਹਾ, ਬਹੁਤ
ਲੋਕਾਂ ਨੇ 5100 ਰੁਪਇਆ 2100 ਰੁਪਇਆ ਜਿੰਨੇ ਕੁ ਮੇਰੇ ਨੋਨ ਹੈ, ਮਤਲਬ ਕਹਿ ਲਓ ਪੈਸਿਆਂ ਦੀ ਬਰਸਾਤ ਹੋ ਰਹੀ ਹੈ ਔਰ ਸਕੂਲ ਦਾ ਨਾਮ ਬਹੁਤ ਬਣ ਰਿਹਾ ਔਰ ਬਹੁਤ ਮਤਲਬ ਇੰਨੀਆਂ ਕੁ ਕੋਂਗਰੈਕਟਸ ਆ ਰਹੀਆਂ, ਮਤਲਬ ਲੋਕਾਂ ਨੂੰ ਮਤਲਬ ਐਵਰੀਵਨ ਇਜ਼ ਕੁਆਇਟ ਹੈਪੀ ਕਿ ਇੱਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਇੰਨਾ ਵਧੀਆ ਕਰ ਸਕਦੇ ਆ ਔਰ ਸਾਨੂੰ ਬਹੁਤ ਖੁਸ਼ੀ ਹੁੰਦੀ ਕਿ ਅਸੀਂ ਮਤਲਬ 3 ਦਿਨ ਹੋ ਗਏ ਜੀ ਰਿਜ਼ਲਟ ਆਏ ਨੂੰ ਔਰ ਲਗਾਤਾਰ ਫੋਨ ਕਾਲਸ ਮੈਨੂੰ ਆ ਰਹੀਆਂ ਬੱਚਿਆਂ ਦਾ ਕਿ ਰੀਅਲੀ ਵੀ ਔਰ ਉਹ ਐਪਰੀਸ਼ੀਏਟ ਕਰਦੇ ਕਿ ਤੁਹਾਡੀ ਇਹ ਬਹੁਤ ਵੱਡੀ ਦੇਣ ਹੈ ਇਹਨਾਂ ਲਈ ਕਿ ਜੋ ਤੁਸੀਂ ਇਹਨਾਂ ਲਈ ਕੀਤਾ ਵੀ ਉਹਦੀ ਬਦੌਲਤ ਇਹ ਬੱਚੇ ਇੱਥੇ ਪਹੁੰਚੇ। ਅੱਛਾ, ਜਿਵੇਂ ਹੁਣ ਇਹ ਪੰਜਾਬੀ ਵੀ ਬੜੀ ਸੋਹਣੀ ਬੋਲਦੇ ਨੇ, ਇੱਥੇ ਆ ਕੇ ਇਹਨਾਂ ਸਿੱਖੀ ਕਿ ਜਾਂ ਪਹਿਲਾਂ ਸਿੱਖੀ ਹੋਈ ਸੀਗੀ? ਨਹੀਂ, ਪੰਜਾਬੀ ਤਾਂ ਇੱਥੇ ਆ ਕੇ ਸਿੱਖੀ ਹੈ ਜਿਹਨਾਂ ਨੇ, ਪਹਿਲਾਂ ਤਾਂ ਨਹੀਂ ਆਉਂਦੀ ਸੀਗੀ, ਇੱਥੇ ਆ ਕੇ ਅੱਛੀ ਬੋਲਦੇ ਪੰਜਾਬੀ, ਇੱਥੇ ਆ ਕੇ ਸਿੱਖੀ ਹੈ ਪੰਜਾਬੀ ਜੋ ਰਾਮ ਲਾਲ ਦੇ 96-98 ਮਾਰਕਸ ਹੈ। ਰਾਮ ਲਾਲ ਪੰਜਾਬੀ 'ਚ ਕਿੰਨੇ ਨੇ ਤੁਹਾਡੇ ਨੰਬਰ? 98। ਅੱਛਾ, ਪਹਿਲਾਂ ਆਉਂਦੀ ਸੀਗੀ ਤੁਹਾਨੂੰ ਪੰਜਾਬੀ ਕਿ ਇੱਥੇ ਸਕੂਲ 'ਚ ਸਿੱਖੀ ਆ ਕੇ? ਸਕੂਲ 'ਚ ਸਿੱਖੀ ਜੀ। ਅੱਛਾ, ਇਸੇ ਸਕੂਲ 'ਚ ਸਿੱਖੀ ਆ ਕੇ ਤੁਸੀਂ, ਠੀਕ ਹੈ। ਅੱਛਾ ਫਿਰ ਸਰ, ਜਿਵੇਂ ਇਹ ਹੁਣ ਰਾਮ ਲਾਲ ਹੁਣਾਂ ਨੇ ਪਲੱਸ ਟੂ ਕਰ ਲਈ ਹੈ, ਜਿਵੇਂ ਜੇ ਈ ਕਹਿੰਦੇ ਨੇ ਕਿ ਦੁਬਾਰਾ ਐਗਜ਼ਾਮ ਦੇਣਗੇ, ਉਹਦੇ ਲਈ ਪੜ੍ਹਾਈ ਦੇ ਲਈ ਬਹੁਤ ਸਾਰਾ ਖਰਚਾ ਵੀ ਆਉਂਦਾ ਹੈ, ਫਿਰ ਅੱਗੇ ਆ ਰਹੇ ਨੇ ਸੱਜਣ? ਦੇਖੋ ਜੀ, ਇੱਕ ਰਿਟਾਇਰਡ ਲੈਕਚਰਰ ਹੈ ਬੋਆਏ ਸਕੂਲ ਨੰਗਲ ਤੋਂ ਹੋਏ, ਉਹਨਾਂ ਦਾ ਕੱਲ੍ਹ ਮੈਨੂੰ ਫੋਨ ਕਾਲ ਆਇਆ ਕਿ ਕਹਿੰਦੇ ਅਸੀਂ ਤੁਹਾਡੇ ਬਾਰੇ ਸੁਣਿਆ ਹੈ ਬਹੁਤ, ਔਰ ਬੱਚਿਆਂ ਦੀ ਜਿਵੇਂ ਕਹਿ ਲਓ ਕਿ ਬੜੀ ਚਰਚਾ ਹੋ ਰਹੀ ਹੈ ਪੂਰੇ ਇਲਾਕੇ ਦੇ ਵਿੱਚ, ਤਾਂ ਉਹਨਾਂ ਨੇ ਮੈਨੂੰ ਆਫਰ ਕੀਤੀ ਕਿ ਮੈਂ ਦੋਨਾਂ ਬੱਚਿਆਂ ਦਾ ਇੰਜੀਨੀਅਰਿੰਗ ਦਾ ਪੂਰਾ ਖਰਚਾ ਉਠਾਵਾਂਗੀ, ਔਰ ਰੀਅਲੀ ਇਹ ਤਾਂ ਮਤਲਬ ਇੱਕ ਬਹੁਤ ਹੀ ਬੜਾ ਸੈਕਰੀਫਾਈਸ ਹੋਊਗਾ ਉਹਨਾਂ ਦਾ ਇਹਨਾਂ ਬੱਚਿਆਂ ਲਈ, ਕਿ ਉਹਨਾਂ ਨੇ ਮੈਨੂੰ ਕਿਹਾ, ਮੈਂ ਉਹਨਾਂ ਨੇ ਰਾਮ ਲਾਲ ਲਈ ਕਿਹਾ, ਮੈਂ ਕਹਿੰਦਾ ਵੱਡਾ ਬ੍ਰਦਰ ਮੈਂ ਵੈਸੇ ਗੱਲ ਕੀਤੀ, ਕਹਿੰਦੇ ਇਹਨਾਂ ਦੋਨਾਂ ਬੱਚਿਆਂ ਦਾ ਇੰਜੀਨੀਅਰਿੰਗ ਦਾ ਖਰਚਾ ਜਿਹੜਾ ਪੂਰਾ ਮੈਂ ਚੱਕਣਾ, ਔਰ ਦੇਖੋ ਕਿ ਇਹ ਤੋਂ ਵੱਡੀ ਗੱਲ ਸਾਡੇ ਲਈ ਹੋਰ ਕੀ ਹੋ ਸਕਦੀ ਹੈ। ਬਾਕੀ ਇੱਕ ਚੰਗੀ ਗੱਲ ਹੈ। ਅੱਛਾ ਸਰ, ਜਿਵੇਂ ਤੁਹਾਡਾ ਤਾਂ ਲੰਬਾ ਤਜਰਬਾ ਹੋ ਗਿਆ ਹੈ ਨਾ, ਬਹੁਤ ਸਾਰੇ ਤੁਸੀਂ ਸਟੂਡੈਂਟ ਆਪਣੇ ਹੱਥਾਂ ਦੇ ਵਿੱਚੋਂ ਪੜ੍ਹਾ ਕੇ ਕੱਢੇ ਨੇ, ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਬਹੁਤਾ ਨਹੀਂ ਪੜ੍ਹਦੇ, ਇਹ ਵਾਕਈ ਇੱਕ ਐਗਜ਼ਾਮਪਲ ਸੈੱਟ ਹੋਈ ਹੈ ਕਿ ਜਾਂ ਇਸ ਤੋਂ ਪਹਿਲਾਂ ਵੀ ਸੀ? ਨਹੀਂ, ਇਹ ਐਗਜ਼ਾਮਪਲ ਸੈੱਟ ਹੋਈ ਹੈ ਜੀ, ਪਹਿਲਾਂ ਬੱਚੇ ਇੰਨੇ ਅੱਛੇ ਕਦੇ ਨਹੀਂ ਆਏ, ਇਹ ਫਸਟ ਟਾਈਮ ਹੈ ਕਿ ਇਹੋ ਜਿਹੇ ਐਕਸਟਰਾਆਰਡੀਨਰੀ ਬੱਚੇ ਸਾਨੂੰ ਮਿਲੇ ਆ, ਇਹਦਾ ਐਗਜ਼ਾਮਪਲ ਸੈੱਟ ਕੀਤੀ ਇਹਨਾਂ ਨੇ। ਬਾਕੀ ਇਹ ਬੱਲੇ ਬੱਲੇ ਮੈਨੂੰ ਲੱਗਦਾ ਹੋ ਗਈ ਹੁਣ ਇਲਾਕੇ 'ਚ, ਰਾਮ ਲਾਲ ਦੀ ਬੱਲੇ ਬੱਲੇ ਆ ਜੀ, ਰਾਮ ਲਾਲ ਨੇ ਤਾਂ ਸ਼ਿਵਦਿਆਲ ਦੋਨਾਂ ਦੀ ਬੱਲੇ, ਇਹਨਾਂ ਨੇ ਸਾਡੀ ਬੱਲੇ ਬੱਲੇ ਕਰਾਈ ਜੀ, ਅਸੀਂ ਲੱਕੀ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਬੱਚੇ ਆਏ, ਇਹਨਾਂ ਨੇ ਨਵੋਦਿਆ ਸਕੂਲ ਛੱਡਿਆ ਔਰ ਕਾਨਪੁਰ ਹੋਈ ਸਕੂਲ ਦੀ ਕਿਸਮਤ ਚਮਕਾਈ। ਅੱਛਾ, ਜਿਵੇਂ ਫਿਰ ਤੁਸੀਂ DC ਸਾਹਿਬ ਨੂੰ ਵੀ ਮਿਲ ਕੇ ਆਏ, ਕਦੇ ਸੋਚਿਆ ਸੀਗਾ ਜ਼ਿੰਦਗੀ 'ਚ ਕਿ ਇੰਨਾ ਮਾਣ ਸਨਮਾਨ ਮਿਲੇਗਾ? ਨਹੀਂ। ਤੁਹਾਨੂੰ ਲੱਗਦਾ ਸੀ ਸ਼ਿਵਦਿਆਲ? ਨਹੀਂ ਸਰ, ਪਹਿਲਾਂ ਸੋਚਿਆ ਨਹੀਂ ਜੀ ਇਸ ਬਾਰੇ ਕਿ ਮਤਲਬ ਇੰਨੇ ਬੜੇ ਉਹਦੇ ਮਤਲਬ ਉਹਦੇ 'ਤੇ ਜਾਣ ਦੇਖਣਾ ਮਤਲਬ ਪਤਾ ਲੱਗਣਾ ਜਾਣਾ ਪੈਣਾ ਸਾਨੂੰ ਉੱਥੇ। ਕੀ ਮਹਿਸੂਸ ਹੁੰਦਾ ਜਦੋਂ ਤੁਸੀਂ ਅਖਬਾਰਾਂ 'ਚ ਜਾਂ TV ਚੈਨਲਾਂ 'ਤੇ ਦੇਖਦੇ ਹੋ ਸਾਰਾ ਕੁਝ? ਮਤਲਬ ਬਹੁਤ ਖੁਸ਼ੀ ਮਹਿਸੂਸ ਹੁੰਦੀ ਕਿ ਸਾਡਾ ਵੀ ਮਤਲਬ ਨਾ ਅਖਬਾਰ 'ਚ ਆਇਆ, ਸਾਨੂੰ ਡੈਡੀ ਵੀ ਲੱਭਦੇ ਰਹਿੰਦੇ ਕਿ ਕਿਹੜੇ ਅਖਬਾਰ 'ਚ ਆਇਆ, ਮੈਂ ਦੁਕਾਨਾਂ ਪਰ ਜਾ ਕੇ ਪੁੱਛਦੇ ਆ। UP ਜਾਂਦੇ ਹੋ ਫਿਰ, ਉੱਥੇ ਹੈ ਫੈਮਿਲੀ ਤੁਹਾਡੀ? ਨਾ, ਵੈਸੇ ਡੈਡੀ ਜਾ ਜਾਂਦੇ ਸੀ ਕਈ ਵਾਰ, ਵੈਸੇ ਹੈ, ਵੈਸੇ ਘਰ ਤਾਂ ਹੈ ਇੱਥੇ ਵੀ। ਅੱਛਾ, ਘਰ ਉੱਥੇ ਵੀ ਆ ਗਿਆ। ਅੱਛਾ ਸਰ, ਜਿਵੇਂ ਫਿਰ ਮਿਆਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਉੱਚਾ ਹੁਣ ਸਰਕਾਰੀ ਸਕੂਲਾਂ ਦਾ ਹੋ ਗਿਆ, ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਨੇ, ਇਹ ਵਾਕਈ ਤੁਸੀਂ ਮਹਿਸੂਸ ਕੀਤਾ ਕਿ ਪਿਛਲੇ ਦੌਰ ਦੇ ਵਿੱਚ ਇਹ ਬਹੁਤ ਸਾਰੀਆਂ ਚੇਂਜਸ ਆਈਆਂ ਨੇ? ਬਹੁਤ ਜ਼ਿਆਦਾ ਜੀ, ਹੁਣ ਤਾਂ ਗਵਰਨਮੈਂਟ ਸਕੂਲਸ ਫਾਰ ਫਾਰ ਬੈਟਰ ਦੈਨ ਪ੍ਰਾਈਵੇਟ ਸਕੂਲਸ। ਗਵਰਨਮੈਂਟ ਸਕੂਲ 'ਚ ਹੁਣ ਕਿਸੇ ਕਿਸਮ ਦੀ ਘਾਟ ਨਹੀਂ ਆਈ, ਇਨਫਰਾਸਟ੍ਰਕਚਰ ਨੂੰ ਕਹਿ ਲਓ ਜਾਂ ਟੀਚਿੰਗ ਨੂੰ ਕਹਿ ਲਓ, ਹਰ ਇੱਕ ਸਹੂਲਤ ਬੱਚੇ ਨੂੰ ਬਹੁਤ ਵਧੀਆ ਮਿਲਦੀ ਪਈ ਹੈ, ਟੀਚਰਸ ਬਹੁਤ ਅੱਛੇ ਹੈ, ਮਤਲਬ ਹੁਣ ਗਵਰਨਮੈਂਟ ਸਕੂਲਸ ਉਹ ਪੁਰਾਣੇ ਟਾਈਮ ਵਾਲੇ ਸਕੂਲ ਨਹੀਂ ਰਹੇ, ਹੁਣ ਗਵਰਨਮੈਂਟ ਸਕੂਲਸ ਨੂੰ ਕੋਈ ਮਾਤ ਨਹੀਂ ਦੇ ਸਕਦਾ, ਹੁਣ ਤਾਂ ਨੰਬਰ 1 ਹੈ ਜੀ। ਧਾਰਨਾ ਜਿਹੜੀ ਬਣੀ ਹੋਈ ਸੀਗੀ ਕਿ ਪ੍ਰਾਈਵੇਟ ਸਕੂਲਾਂ 'ਚ ਜ਼ਿਆਦਾ ਪੜ੍ਹਾਈ ਹੁੰਦੀ ਹੈ, ਟੁੱਟ ਗਈ ਹੈ ਉਹ? ਨਹੀਂ, ਟੁੱਟ ਗਈ ਜੀ, ਟੁੱਟ ਗਈ ਜੀ, ਸਾਡੇ ਅਕੋਰਡਿੰਗਲੀ ਬਿਲਕੁਲ ਟੁੱਟ ਗਈ, ਕਿਉਂਕਿ ਗਵਰਨਮੈਂਟ ਸਕੂਲਸ ਹੁਣ ਬਹੁਤ ਵਧੀਆ ਹੈ, ਬਹੁਤ ਵਧੀਆ।
ਠੀਕ ਹੈ ਸਰ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਪ੍ਰਿੰਸੀਪਲ ਨੇ ਇਸ ਸਕੂਲ ਦੇ, ਔਰ ਇਹਨਾਂ ਦੀ ਮਿਹਨਤ ਬਹੁਤ ਹੈ। ਜੇਕਰ ਇਹ ਬੱਚੇ ਅੱਜ ਇਸ ਮੁਕਾਮ ਤੱਕ ਪਹੁੰਚੇ ਨੇ ਤਾਂ ਇਹਦੇ ਪਿੱਛੇ ਇਹਨਾਂ ਦਾ ਵੀ ਹੱਥ ਬਹੁਤ ਵੱਡਾ ਹੈ। ਕਹਿੰਦੇ ਨੇ ਕਿ ਝੁੱਗੀ ਦੇ ਵਿੱਚ ਇਹ ਬੱਚੇ ਰਹਿੰਦੇ ਸੀਗੇ ਔਰ ਉੱਥੇ ਲਾਈਟ ਦਾ ਜਿਹੜਾ ਸੀਗਾ ਉਹ ਪ੍ਰਬੰਧ ਨਹੀਂ ਸੀ ਹੈਗਾ, ਤਾਂ ਇਹਨਾਂ ਨੇ, ਪ੍ਰਿੰਸੀਪਲ ਸਾਹਿਬ ਨੇ ਆਪਣੇ ਸਕੂਲ ਦੇ ਲਾਗੇ ਇੱਕ ਕਮਰਾ ਇਹਨਾਂ ਨੂੰ ਦਵਾਇਆ ਔਰ ਇੱਥੇ ਹੀ ਇਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਤਾਂ ਕਿ ਬੱਚੇ ਪੜ੍ਹ ਜਾਣ। ਤਾਂ ਦੋਨੋਂ ਬੱਚੇ ਬੜੇ ਹੁਸ਼ਿਆਰ ਹੈਗੇ ਨੇ, ਯੂਪੀ ਤੋਂ ਪੰਜਾਬ ਦੇ ਵਿੱਚ ਆ ਕੇ ਇਹ ਤਰੱਕੀ ਕਰ ਰਹੇ ਨੇ ਔਰ ਇੰਜੀਨੀਅਰ ਬਣਨਾ ਚਾਹੁੰਦੇ ਨੇ ਅਤੇ ਆਪਣੇ ਬਾਪ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਨੇ। ਕੈਮਰਾਮੈਨ ਜਸਵਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੂ, ਜਗਬਾਣੀ ਟੀਵੀ, ਨੂਰਪੁਰ ਬੇਦੀ।